ਰਸੂਲਾਂ ਦੇ ਕਰਤਬ ਅਧਾਇਏ 4 ਜਾਂ ਉਹ ਲੋਕਾਂ ਨਾਲ ਬਚਨ ਕਰੇ ਸਨ ਤਾਂ ਜਾਜਕ ਹੇਕਲ ਦਾ ਸਰਦਾਰ ਅਤੇ ਸਦੂਕੀ ਉਹਨਾਂ ਉੱਤੇ ਚੜ ਆਏ ਕਿਉਂ ਜੋ ਉਹ ਇਸ ਗੱਲ ਤੋਂ ਚਿੜ ਗਏ ਭਈ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪ੍ਰਮਾਣ ਦੇ ਕੇ ਮੋਇਆਂ ਦੇ ਜੀਉ ਠਣ ਦਾ ਉਪਦੇਸ਼ ਕਰਦੇ ਸਨ ਅਤੇ ਉਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੱਕ ਹਵਾਲਤ ਵਿੱਚ ਰੱਖਿਆ ਕਿਉਂ ਜੋ ਹੁਣ ਸੰਝ ਪੈ ਗਈ ਸੀ ਪਰ ਉਹਨਾਂ ਵਿੱਚੋਂ ਜਿਨ੍ਹਾਂ ਬਚਨ ਸੁਣਿਆ ਸੀ ਬਹੁਤਾਂ ਨੇ ਨਿੱਚਾ ਕੀਤੀ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ 5000 ਹੋ ਗਈ। ਦੂਜੇ ਦਿਨ ਇਹ ਹੋਇਆ ਕਿ ਉਹਨਾਂ ਦੇ ਸਰਦਾਰ ਅਤੇ ਬਜ਼ੁਰਗ ਅਤੇ ਗਰੰਥੀ ਯਰੂਸ਼ਲਮ ਵਿੱਚ ਇਕੱਠੇ ਹੋਏ। ਅਤੇ ਸਰਦਾਰ ਜਾਜਕ ਅਨਾਸ ਉੱਥੇ ਸੀ ਨਾਲੇ ਕਯਾਫਾ ਔਰ ਯਹੂਨਾ ਔਰ ਸਿਕੰਦਰ ਅਤੇ ਜਿੰਨੇ ਸਰਦਾਰ ਜਾਜਕ ਦੇ ਸਾਖ ਨਾਤੇ ਦੇ ਸਨ ਤਾਂ ਉਹਨਾਂ ਨੂੰ ਵਿਚਾਲੇ ਖੜਾ ਕਰਕੇ ਪੁੱਛਿਆ ਤੂੰ ਸਾਂ ਕਿਹੜੀ ਸ਼ਕਤੀ ਜਾਂ ਕਿਹੜੇ ਨਾਮ ਨਾਲ ਇਹ ਕੀਤਾ? ਤਦੋਂ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਨੂੰ ਆਖਿਆ हे قوم ਦੇ ਸਰਦਾਰੋ ਅਤੇ ਬਜ਼ੁਰਗੋ ਜੇ ਅੱਜ ਸਾਥੋ ਇਸ ਭਲੇ ਕੰਮ ਦੇ ਵੇਖੇ ਪੁੱਛਿਦਾ ਹੈ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਭਈ ਉਹ ਕਿਕਰ ਚੰਗਾ ਕੀਤਾ ਗਿਆ ਹੈ ਤਾਂ ਤੁਸਾਂ ਸਭ ਦਾ ਨੂੰ ਅਤੇ ਇਸਰਾਇਲ ਦੇ ਸਾਰਿਆਂ ਲੋਕਾਂ ਨੂੰ ਮعلوم ਹੋਵੇ ਕਿ ਯਿਸੂ ਨਾਸਰੀ ਦੇ ਨਾਮ ਨਾਲ ਜਿਹਨੂੰ ਤੁਸਾਂ ਸਲੀਬ ਉਤੇ ਚੜਾਇਆ ਅਤੇ ਜਿਹਨੂੰ ਪਰਮੇਸ਼ਰ ਨੇ ਮੁਰਦੇ ਵਿੱਚੋਂ ਜਿਵਾਲਿਆ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ ਇਹ ਉਹ ਖਬਰ ਹੈ ਜਿਹਨੂੰ ਦੁਸਾਂ ਰਾਜਾ ਨੇ ਰੱਦਿਆ ਜਿਹੜਾ ਖੁੰਝੇ ਦਾ ਸਿਰਾ ਹੋ ਗਿਆ ਔਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ ਤਾਂ ਉਹਨਾਂ ਨੇ ਪਤਰਸ ਅਤੇ ਯਹੂਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਉਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ ਫਿਰ ਉਹਨਾਂ ਨੂੰ ਪਛਾਣਿਆ ਭਈ ਇਹ ਯਿਸੂ ਦੇ ਨਾਲ ਰਹੇ ਸਨ ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਨਾਲ ਖੜਾ ਵੇਖ ਕੇ ਇਦੇ ਵਿਰੁੱਧ ਕੁਝ ਨਾ ਕਹਿ ਸਕੇ ਪਰ ਉਹਨਾਂ ਨੂੰ ਸਭ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਮਤਅ ਪਕਾਉਣ ਲੱਗੇ ਅਤੇ ਕਿਹਾ ਭਈ ਅਸੀਂ ਇਹਨਾਂ ਮੁर्ख ਨਾਲ ਕੀ ਕਰੀਏ ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪ੍ਰਤੱਖ ਨਿਸ਼ਾਨ ਹੋਇਆ ਜਰੂਸ਼ਲੇਮ ਦੇ ਸਾਰੇ ਰਹਿਣ ਵਾਲਿਆਂ ਉੱਤੇ ਪ੍ਰਗਟ ਹੈ ਆ ਕਿ ਅਸੀਂ ਇਸ ਤੋਂ ਮੁੱਕ ਨਹੀਂ ਸਕਦੇ ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਵੇ ਆ ਵਸੀਂ ਉਹਨਾਂ ਨੂੰ ਦਬਕਾਈਏ ਜੋ ਇਹ ਐਸ ਨਾਮ ਦਾ ਫਿਰ ਕਿਸੇ ਮੁर्ख ਨਾਲ ਚਰਚਾ ਨਾ ਕਰਨ ਤਦ ਉਹਨਾਂ ਨੂੰ ਸਦਕੇ ਤਗੀਦ ਕੀਤੀ ਭਈ ਕਦੇ ਯਿਸੂ ਦੇ ਨਾਮ ਉਤੇ ਨਾ ਕੂਣਾ ਨਾ ਸਿੱਖਿਆ ਦੇਣੀ ਪਰ ਪਤਰਸ ਅਤੇ ਯਹੂਨਾ ਨੇ ਉਹਨਾਂ ਨੂੰ ਉਤਰ ਦਿੱਤਾ ਕਿ ਪਰਮੇਸ਼ਰ ਦੇ ਅੱਗੇ ਇਹ ਜੋਗ ਹੈ ਜੋ ਅਸੀਂ ਪਰਮੇਸ਼ਰ ਨਾਲੋਂ ਤੁਹਾਡੀ ਬਹੁਤੀ ਸੁਣੀਏ ਤੁਸੀਂ ਆਪ ਫੈਸਲਾ ਕਰੋ ਕਿਉਂਕਿ ਇਹ ਸਾਥ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ ਤਰ ਉਹਨਾਂ ਨੇ ਉਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉਤੇ ਡੰਨ ਲਾਉਣ ਦਾ ਉਈ ਰਾਣਾ ਵੇਖਿਆ ਇਸ ਲਈ ਕਿ ਜੋ ਹੋਇਆ ਸੀ ਉਹਦੇ ਕਾਰਨ ਸਭ ਲੋਕ ਪਰਮੇਸ਼ਰ ਦੀ ਉਡਾਈ ਕਰਦੇ ਸਨ ਕਿਉਂਕਿ ਉਹ ਮਨੁੱਖ ਜਿਹਦੇ ਉੱਤੇ ਇਹ ਚੰਗਾ ਹੋਣ ਦਾ ਨਿਸ਼ਾਨ ਕੀਤਾ ਗਿਆ ਉਹ 40 ਵਰਿਆਂ ਤੋਂ ਉੱਤੇ ਦਾ ਸੀ ਤਦ ਉਹ ਛੁੱਟ ਕੇ ਆਪਣੇ ਸਾਥੀਆਂ ਕੋਲ ਆਏ ਔਰ ਜੋ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ ਸੁਣਾ ਦਿੱਤਾ ਜਦ ਉਹਨਾਂ ਨੇ ਇਹ ਸੁਣਿਆ ਤਦ ਇੱਕ ਮਨ ਹੋ ਕੇ ਉੱਚੀ ਆਵਾਜ਼ ਨਾਲ ਪਰਮੇਸ਼ਰ ਨੂੰ ਆਖਿਆ हे ਮਾਲਕ ਤੂੰ ਇਹ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸਭ ਕੁਝ ਜੋ ਉਹਨਾਂ ਦੇ ਵਿੱਚ ਹੈ ਰਚਿਆ ਤੈਂ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ 다উদ ਦੀ ਜ਼ੁਬਾਨੀ ਆਖਿਆ ਕਉਮਾਂ ਕਾਹਨੂੰ ਡੰਡ ਪਾਈ ਹੈ ਅਤੇ ਉਮਤਾ ਨੇ ਵਿਰਥ ਸੋਚਾਂ ਕਿਉਂ ਕੀਤੀਆਂ ਹਨ ਧਰਤੀ ਦੇ ਰਾਜ ਉੱਠ ਖੜੇ ਹੋਏ ਅਤੇ ਆਕਾਸ਼ ਦੇ ਹਾਕਮ ਇਕੱਠੇ ਹੋਏ ਪ੍ਰਭੂ ਔਰ ਉਹਦੇ ਮਸੀਹ ਦੇ ਵਿਰੁੱਧ ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜੀਨੂੰ ਤੈ ਮਸਾ ਕੀਤਾ ਹੇਰੋਦੇਸ ਅਤੇ ਪੰਤੂਸ ਪਿਲਾਤੂਸ ਅਤੇ ਪ੍ਰਾਇਆ ਕੋਮਾ ਅਤੇ ਇਸਰਾਇਲ ਦੇ ਲੋਕ ਸਣੇ ਇਕੱਠੇ ਹੋਏ ਇਸ ਲਈ ਕਿ ਜੋ ਕੁਝ ਤੇਰੇ ਹੱਥ ਅਤੇ ਤੇਰੀ ਮਤ ਨੇ ਅਗੇਤਾ ਠਰਾਰ ਰੱਖਿਆ ਸੀ ਪਈ ਹੋਵੇ ਸੋਈ ਕਰਨ ਅਤੇ ਹੁਣ ਹੇ ਪ੍ਰਭੂ ਉਹਨਾਂ ਦੀਆਂ ਧਮਕੀਆਂ ਨੂੰ ਵੇਖ ਔਰ ਆਪਣੇ ਦਾਸਾਂ ਨੂੰ ਇਹ ਬਖਸ਼ ਕਿ ਆਤਰ ਦਲੇਰੀ ਨਾਲ ਤੇਰਾ ਬਚਨ ਸੁਣਾਉਣ ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਮਾ ਕਰੇ ਅਤੇ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਤੋਂ ਨਿਸ਼ਾਨ ਅਤੇ ਅਚੰਬੇ ਪ੍ਰਗਟ ਹੋਣ ਜਦ ਉਹ ਬੇਨਤੀ ਕਰ ਹਟੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ ਹਿਲ ਗਿਆ ਅਤੇ ਸਭ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਔਰ ਪਰਮੇਸ਼ਰ ਦਾ ਵਚਨ ਦਲੇਰੀ ਨਾਲ ਸੁਣਾਉਣ ਲੱਗੇ ਨਿਚਰਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਔਰ ਕਿਸੇ ਨੇ ਆਪਣੇ ਮਾਲ ਵਿੱਚੋਂ ਕਿਸ ਨੂੰ ਆਪਣੀ ਚੀਜ਼ ਨਹੀਂ ਆਖਿਆ ਔਰ ਉਹ ਸਾਰੀਆਂ ਵਸਤਾ ਵਿੱਚ ਭਾਈਵਾਰ ਸਨ ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਜੀ ਉਠਣ ਦੇ ਸਾਖੀ ਦਿੰਦੇ ਸਨ ਔਰ ਉਹਨਾਂ ਸਭਨਾ ਹਉਤੇ ਵੱਡੀ ਕਿਰਪਾ ਸੀ ਉਹਨਾਂ ਵਿੱਚੋਂ ਕਿਸੇ ਨੂੰ ਕਟਾ ਨਾ ਸੀ ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ ਅਤੇ ਰਸੂਲਾਂ ਦੇ ਚਰਣਾ ਹਉਤੇ ਧਰਦੇ ਸਨ ਅਤੇ ਹਰੇਕ ਨੂੰ ਉਹਦੀ ਲੋੜ ਅਨੁਸਾਰ ਵੰਡ ਦਿੰਦੇ ਸਨ ਯੂਸਫ ਜਿੱਦ ਰਸੂਲਾਂ ਨੇ ਬਰਨਾਬਾਸ ਅਰਥਾਤ ਉਪਦੇਸ਼ ਦਾ ਪੁੱਤਰ ਨਾਉ ਧਰਿਆ ਜਿਹੜਾ ਇੱਕ ਲੇਵੀ ਅੱਜ ਜਨਮ ਦਾ ਕੁਪਰੂਸੀ ਸੀ ਉਹਦੇ ਕੋਲ ਜ਼ਮੀਨ ਸੀ ਸੋ ਉਹਨੂੰ ਵੇਚ ਕੇ ਮੁੱਲ ਦਾ ਰੁਪਇਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਉੱਤੇ ਤਰਿਆ